ਭਾਜੀ ਮੈਂ ਪੁੱਛਦਾ ਸੀ ਤੂੰ ਚੱਲ ਪਏ ਕਿ ਨਹੀਂ? ਹਾਂਜੀ ਹਾਂਜੀ ਚੱਲ ਪਿਆ ਸੀ। ਬਾਬਾ ਜੀ ਜਲਦੀ ਪਹੁੰਚੋ, ਸਾਡੇ ਰਿਸ਼ਤੇਦਾਰ ਅਤੇ ਸਾਰੇ ਪਿੰਡ ਵਾਲੇ ਤੁਹਾਡੇ ਦਰਸ਼ਨਾਂ ਦੇ ਭੁੱਖੇ ਨੇ। ਸਾਰਿਆਂ ਨੂੰ ਪਤਾ ਮੇਰੇ 5 ਕੁੜੀਆਂ ਬਾਅਦ ਬੇਟਾ ਹੋਇਆ, ਉਹ ਵੀ ਤੁਹਾਡੀ ਕਿਰਪਾ ਸਦਕਾ। ਉਹ ਤਾਂ ਹੋਣਾ ਹੀ ਸੀ, ਅਸੀਂ ਤੇਰੇ ਲਈ ਰੱਬ ਨਾਲ ਖੁਦ ਲੜੇ ਆ, ਤੇਰੀ ਮੰਨਤ ਮਨਾ ਕੇ ਹਟਿਆ ਰੱਬ ਕੋਲੋਂ। ਹਾਂ ਬਾਬਾ ਜੀ ਸੱਚ, ਇੱਕ ਗੱਲ ਦਾ ਧਿਆਨ ਰੱਖਿਓ, ਸਾਡੇ ਪਿੰਡ ਜਾਤਾਂ ਪਾਤਾਂ ਦੇ ਨਾਮ 'ਤੇ ਕਈ ਗੁਰਦੁਆਰੇ ਨੇ, ਪਰ ਤੁਸੀਂ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਪਹੁੰਚਣਾ। ਅੱਛਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਅਸੀਂ ਪਿੰਡ ਦੇ ਨੇੜੇ ਆ ਕੇ ਪੁੱਛ ਲਾਂਗੇ ਕਿਸੇ ਤੋਂ। ਬਾਬਾ ਨਾਨਕ ਸਭ ਦਾ ਏ, ਬਾਬਾ ਨਾਨਕ ਸਭ ਦਾ ਏ, ਬਾਬਾ ਨਾਨਕ ਸਭ ਦਾ ਏ, ਸਤਿਗੁਰ ਨਾਨਕ ਸਭ ਦਾ ਏ। ਬਾਪੂ ਕਿੰਨੀ ਸੋਹਣੀ ਗੱਡੀ। ਰੁਕ ਪੁੱਤ, ਨਾ ਨਾ ਪੁੱਤ, ਗੱਡੀ ਨੂੰ ਗੱਡੀ ਹੱਥ ਨਾ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਿੰਘਾ ਗੁਰਦੁਆਰਾ ਸਾਹਿਬ ਕਿੱਥੇ ਆ? ਸਾਹਮਣੇ ਆ ਬਾਬਾ ਜੀ ਗੁਰੂ ਘਰ ਤਾਂ। ਅਸੀਂ ਇਹ ਨਹੀਂ, ਮੈਂ ਤਾਂ ਤੁਹਾਡੇ ਪਿੰਡ ਦੇ ਸਭ ਤੋਂ ਬੜੇ ਗੁਰਦੁਆਰੇ ਜਾਣਾ, ਇਹ ਤਾਂ ਛੋਟਾ ਜਿਹਾ ਗੁਰਦੁਆਰਾ। ਮੇਰੇ ਬਾਬੇ ਨਾਨਕ ਨੇ ਤਾਂ ਵੱਡੇ ਛੋਟੇ ਦਾ ਕੋਈ ਫਰਕ ਨਹੀਂ ਕੀਤਾ, ਇਹ ਗੁਰੂ ਘਰ ਵੀ ਵੱਡੇ ਛੋਟੇ ਹੁੰਦੇ ਆ ਬਾਬਾ ਜੀ। ਮੇਰਾ ਇਹ ਨਹੀਂ ਮਤਲਬ, ਚੰਗੀ ਤੂੰ ਵੀ ਗੁਰਦੁਆਰੇ ਆਈ। ਕਾਹਦੇ ਲਈ ਬਾਬਾ ਜੀ? ਮੈਂ ਤੈਨੂੰ ਰੱਬ ਦੇ ਘਰ ਜਾਣ ਵਾਲਾ ਰਸਤਾ ਦੱਸੂਗਾ। ਗੁਰੂ ਘਰ ਦਾ ਰਸਤਾ ਤੁਸੀਂ ਮੇਰੇ ਬਾਪੂ ਤੋਂ ਪੁੱਛ ਰਹੇ ਹੋ, ਫਿਰ ਤੁਹਾਨੂੰ ਰੱਬ ਦੇ ਰਾਹ ਦਾ ਕਿਵੇਂ ਪਤਾ ਬਾਬਾ ਜੀ? ਚਲੋ ਚਲੋ, ਤੈਨੂੰ ਕਿੰਨੀ ਵਾਰੀ ਕਿਹਾ ਕਿਸੇ ਚੱਜ ਦੇ ਬੰਦੇ ਕੋਲ ਗੱਡੀ ਰੋਕਿਆ ਕਰ, ਚਲੋ। ਜਾਣਦਾ ਤਾਂ ਤੇਰਾ ਬਾਪੂ ਵੀ ਸਾਰਾ ਕੁਝ ਆ ਮੇਰੇ ਨਾਲ, ਧਰਤੀ ਹਵਾ ਤੇ ਪਾਣੀ ਤਿੰਨੋਂ ਗੰਦੇ ਕਰਕੇ ਬਾਬੇ ਨੂੰ ਚੇਤੇ ਕਰਨ ਦੇ ਤਾਂ ਅਸੀਂ ਦਿਖਾਵੇ ਕਰਦੇ ਹਾਂ ਮੇਰੇ ਤੋਂ। 550 ਸਾਲਾਂ ਵਿੱਚ ਜੇ ਸਾਡੇ ਆਗੂਆਂ ਦੀਆਂ ਸੋਚਾਂ ਅਤੇ ਨੀਤਾਂ ਬਦਲੀਆਂ ਹੁੰਦੀਆਂ ਤਾਂ ਮੇਰੇ ਲਾਲ ਅੱਜ ਤੂੰ ਵੀ ਮੇਰੇ ਬਾਬੇ ਦੇ ਨਾਮ 'ਤੇ ਬਣੇ ਕਿਸੇ ਚੰਗੇ ਸਕੂਲ ਵਿੱਚ ਪੜ੍ਹਦਾ ਹੁੰਦਾ, ਅਤੇ ਤੇਰਾ ਕਿਰਤੀ ਬਾਪੂ ਵੀ ਇਹਨਾਂ ਦੀਆਂ ਨਜ਼ਰਾਂ ਵਿੱਚ ਚੰਗਾ ਬੰਦਾ ਹੁੰਦਾ ਪੁੱਤ, ਚੰਗਾ ਬੰਦਾ ਹੁੰਦਾ।